ਹੇ ਗਾਇਸ ਤਾਜ ਅਸੀਂ ਹੁਸ਼ਿਆਰਪੁਰ ਦੀ ਗਲੀਆਂ 'ਚ 200 ਸਾਲ ਪੁਰਾਣੀ ਦੁਕਾਨ ਤੇ ਪੂਰੀ ਖਾਣਾ ਆ। ਸਭ ਤੋਂ ਵਧੀਆ ਗੱਲ ਇੱਥੇ ਈਕੋ ਫ੍ਰੈਂਡਲੀ ਤਰੀਕੇ ਨਾਲ ਪੂਰੀ ਸਰਵ ਹੁੰਦੀ ਹੈ, ਕਾਗਜ਼ ਤੇ ਪੱਤਲ 'ਚ। ਪੱਤਲ 'ਚ ਪਹਿਲਾਂ ਪਾਏ ਜਾਂਦੇ ਨੇ ਆਲੂ, ਫਿਰ ਛੋਲੇ ਤੇ ਉੱਤੇ ਅੰਬ ਦਾ ਅਚਾਰ। ਸਰਦੀਆਂ ਦੇ ਮੌਸਮ 'ਚ ਨਾਲ ਗਾਜਰ ਦਾ ਅਚਾਰ ਵੀ ਦਿੱਤਾ ਜਾਂਦਾ ਹੈ। ਤਾਂ ਅਸੀਂ ਇੰਜੋਏ ਕਰ ਰਹੇ ਹਾਂ ਸਾਡੀ ਗਰਮਾ ਗਰਮ ਪੂਰੀ ਤੇ ਠੰਡੀ ਠੰਡੀ ਲੱਸੀ, ਉਹ ਵੀ ਮਲਾਈ ਮਾਰ ਕੇ। ਜੇ ਤੁਸੀਂ ਹੁਸ਼ਿਆਰਪੁਰ ਜਾ ਰਹੇ ਹੋ ਤਾਂ ਪਿੱਲੋ ਦੀ ਪੂਰੀ ਟਰਾਈ ਕਰਨਾ ਨਾ ਭੁੱਲਿਓ ਤੇ ਹੋਰ ਵੀਡੀਓਜ਼ ਲਈ ਮੈਨੂੰ ਫੋਲੋ ਕਰਿਓ।